ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ। ਹਾਂਜੀ, ਮੇਰਾ ਨਾਮ ਗੁਰਪ੍ਰੀਤ ਸਿੰਘ, ਪਿੰਡ ਟੋਡਰਪੁਰ। ਮੋਬਾਈਲ ਨੰਬਰ ਹੈਗਾ ਮੇਰਾ 97795-43-43, ਅਤੇ ਪਨੀਰੀ ਹੈਗੀ ਆਪਣੀ 110। ਵੀਰ ਨੇ ਮੈਨੂੰ ਡੈਮੋ ਦਿੱਤਾ ਸੀਗਾ ਤੁਹਾਡਾ ਕੰਪਨੀ ਦਾ, ਅਤੇ ਇਹਦੇ ਵਿੱਚ ਦੋ ਟੈਕਨੀਕਲ ਨੇ, ਇੱਕ ਫੰਗੀ ਸਾਈਡ ਅਤੇ ਇੱਕ ਇਨਸੈਕਟੀਸਾਈਡ। ਅਤੇ ਅੱਜ ਵੀਰ 5-6 ਦਿਨ ਬਾਅਦ ਤੋਂ ਆਇਆ ਫੀਲਡ 'ਚ, ਦੇਖਣਾ ਦੇਖੋ ਆਪਣੀ ਪਨੀਰੀ ਦੇਖਣ ਆਇਆ, ਅਤੇ ਬਹੁਤ ਵਧੀਆ ਜਾਣੀ ਮਤਲਬ ਸਿਰੇ ਦਾ ਕੰਮ ਕਰਿਆ ਇਹਨੇ। ਵੀਰੇ ਪਨੀਰੀ ਦੀ ਹਾਲਤ ਤੁਸੀਂ ਦੇਖੀ ਹੋਈ ਸੀਗੀ, ਤੁਸੀਂ ਆਏ ਸੀਗੇ, ਅਤੇ ਉਸ ਤੋਂ ਬਾਅਦ ਤੁਸੀਂ ਮੈਨੂੰ ਡੈਮੋ ਲਵਾਇਆ ਸੀਗਾ। ਪਨੀਰੀ ਦਬੀ ਹੋਈ ਪੀਲੀ, ਅਤੇ ਹੁਣ ਦੇਖ ਲਓ ਇੱਕ ਸਾਰ ਖੜੀ ਆ, ਐਨ ਪੂਰੀ ਲੱਗ ਰਿਹਾ ਅੱਜ ਕਾਲੀ ਪਨੀਰੀ ਖੜੀ ਆ, ਅਤੇ ਨਾਲ ਦੇਖੋ ਜਿੱਥੇ ਨਹੀਂ ਡੈਮੋ ਲਾਇਆ ਉਹ ਵੀ ਦੇਖ ਲਓ, ਉੱਧਰ ਪਨੀਰੀ ਹਰੀ ਪਨੀਰੀ ਆ, ਉੱਥੇ ਆਪਾਂ ਨੇ ਬਾਕੀ ਜਿਹੜਾ ਏਰੀਆ ਛੱਡਿਆ ਸੀਗਾ ਦੇਖ ਸਕਦੇ ਹਾਂ, ਆਪਾਂ ਦੇਖਣ ਨੂੰ ਛੱਡਿਆ ਸੀਗਾ ਉਹ, ਅਤੇ ਵੀ ਮਤਲਬ ਕਿੰਨਾ ਡਿਫਰੈਂਟ ਲੱਗਦਾ ਬਾਕੀ ਆ ਜੜ ਦੇਖੋ, ਜੜ ਦੇ ਵਿੱਚ ਕਿੰਨਾ ਡਿਫਰੈਂਸ ਆ ਜੀ। ਇੱਥੇ ਡੈਮੋ ਲੱਗਿਆ ਹੋਇਆ ਆ, ਆਂਟੀ ਟਰੇੜੀ ਆ, ਠੀਕ ਆ। ਅਤੇ ਬਾਕੀ ਤੁਸੀਂ ਦੱਸੋ ਵੀ ਇਹਦੇ ਜਿੱਦਾਂ ਚਾਈਨਾ ਵਾਇਰਸ ਫੰਗਸ ਹੋਰ ਉਹਦੇ ਵਾਸਤੇ, ਜਿਵੇਂ ਚਾਈਨਾ ਵਾਇਰਸ ਆਇਆ ਸੀਗਾ ਜੀ, ਪਰਾਰ ਬਹੁਤ ਬਾਉਣੇ ਬੁੱਝੇ ਰਹਿ ਗਏ ਸੀਗੇ, ਬਹੁਤ ਮਤਲਬ ਲੋਕਾਂ ਨੂੰ ਝਾੜਦਾ ਫਰਕ ਪਿਆ, ਉਹਦੇ ਵਾਸਤੇ ਬਹੁਤ ਬੈਸਟ ਆ ਜੀ ਚਾਈਨਾ ਵਾਇਰਸ ਵਾਸਤੇ। ਆਪਣੀ ਫਾਰਮਰ ਵੀਰਾਂ ਨੂੰ ਹੋਰ ਕੀ ਅਪੀਲ ਆ ਟਿਪਸੀ ਬਾਰੇ? ਫਾਰਮਰ ਵੀਰਾਂ ਨੂੰ ਇਹੀ ਆ ਵੀ ਇਹ ਦੇਖੋ ਜੀ, ਟ੍ਰਾਇਲ ਕਰੋ, ਚਾਹੇ ਥੋੜ੍ਹਾ ਦੇਖੋ, ਜਾਣੀ ਪੂਰਾ ਬੈਸਟ ਰਿਜ਼ਲਟ ਆ ਜੀ ਇਹਦਾ। ਹਾਂਜੀ ਚਲੋ ਠੀਕ ਹੈ ਜੀ, ਆਪਣਾ ਫਾਰਮਰ ਵੀਰ ਗੁਰਮੀਤ ਸਿੰਘ ਪੂਰਾ ਟਿਪਸੀ ਦਵਾਈ ਤੋਂ ਸੰਤੁਸ਼ਟ ਆ, ਅਤੇ ਹੋਰ ਫਾਰਮਰ ਵੀਰਾਂ ਨੂੰ ਵੀ ਇਹੀ ਅਪੀਲ ਦਿੰਦੇ ਨੇ ਕਿ ਵੱਧ ਤੋਂ ਵੱਧ ਟਿਪਸੀ ਦੀ ਵਰਤੋਂ ਕਰੋ, ਠੀਕ ਆ। ਇਹਦੇ ਵਿੱਚ ਦੋ ਟੈਕਨੀਕਲ ਨੇ, ਹੋਰ ਕਿਸੇ ਕੰਪਨੀ 'ਚ ਨਹੀਂ ਹੈਗੇ ਇਹ। ਹਾਂਜੀ ਹਾਂਜੀ ਚਲੋ ਠੀਕ ਹੈ ਜੀ, ਧੰਨਵਾਦ, ਥੈਂਕ ਯੂ ਜੀ।